ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀ। ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਦੇ ਵਿੱਚ 5 ਮੱਝਾਂ ਮ੍ਰਿਤਕ ਮਿਲਣ ਦੇ ਨਾਲ ਹੜਕੰਪ ਮੱਚ ਗਿਆ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਰਚੀ ਜਾ ਰਹੀ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਆਰੋਪੀਆਂ ਦਾ ਪਤਾ ਲਗਾਉਣ ਕਿ ਕਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉੱਧਰ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਆਲਾ ਅਧਿਕਾਰੀਆਂ ਦੇ ਮੁਤਾਬਕ ਆਰੋਪੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੁਛ ਗਊਆਂ ਮਰੀਆਂ ਪਈਆਂ ਹੋਈਆਂ ਜਾਂ ਦੇਖ ਕੇ ਇਹ ਸਿਆਸੀ ਤੱਤਵਾਂ ਦੀ ਸ਼ਰਾਰਤ ਹੈ, ਮਾਹੌਲ ਖਰਾਬ ਕਰਨ ਦੀ ਹੈ। ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਪਤਾ ਕੱਢਿਆ ਜਾਵੇ ਕਿ ਕਿਹਨਾਂ ਬੰਦਿਆਂ ਨਾਲ ਹੱਥ ਹੈ ਮਾਹੌਲ ਖਰਾਬ ਕਰਨ ਵਾਸਤੇ, ਉਹਨਾਂ 'ਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿੱਤਾ ਜਾਵੇ। ਔਰ ਅੰਮ੍ਰਿਤਸਰ ਦੀ ਜਨਤਾ ਅੱਗੇ ਮੈਂ ਅਪੀਲ ਕਰਾਂਗਾ ਕਿ ਆਪਣਾ ਜਿਹੜਾ ਭਾਈਚਾਰੇ ਦਾ ਹੈ ਅਮਨ ਚੈਨ ਦਾ ਉਹ ਬਣਾ ਕੇ ਰੱਖਣ, ਔਰ ਪ੍ਰਸ਼ਾਸਨ ਵੱਲੋਂ ਫਿਰ ਮੈਂ ਇੱਕ ਵਾਰੀ ਅਪੀਲ ਕਰਨਾ ਕਿ ਇਹ ਤੋਂ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ। ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਦੁਰਗਿਆਨਾ ਕਮੇਟੀ ਇਹਦੇ ਤੇ ਉੱਤੇ ਬਹੁਤ ਐਕਸ਼ਨ ਲਏਗੀ। ਕਿੰਨੀਆਂ ਗਾਵਾਂ ਇੱਥੇ ਮਰ ਚੁੱਕੀਆਂ? ਇਸ ਵੇਲੇ ਜੋ ਇਨਫੋਰਮੇਸ਼ਨ ਆਈ ਹੈ ਕਿ 5 ਦੇ ਬੰਬੇ ਲੋਕਵਾਲੇ ਸਮਾਜ ਸਕੂਲ ਦੇ ਸਾਹਮਣੇ ਮਰੀਆਂ ਪਈਆਂ ਹੋਈਆਂ, ਔਰ 2-3 ਜਿਹੜੀ ਹੈ ਹਨੂੰਮਾਨ ਦਾ ਮੰਦਿਰ ਹੈ ਜਿਹੜਾ ਸਾਡਾ ਦੁਰਗਿਆਨਾ ਕਮੇਟੀ ਦੁਸ਼ਹਿਰਾ ਗਰਾਊਂਡ ਵੱਲ, ਉੱਥੋਂ ਦੀ ਇਨਫੋਰਮੇਸ਼ਨ ਹੈਗੀ ਹੈ 3 ਮਰਨ ਹੋਈਆਂ। ਬਾਕੀ ਸ਼ਹਿਰ ਤੇ ਹੋਰ ਵੀ ਹੈਗੀ ਹੈ। ਮੈਂ ਇੱਕ ਵਾਰੀ ਫਿਰ ਪ੍ਰਸ਼ਾਸਨ ਵਿੱਚ ਅਪੀਲ ਕਰਦਾ ਜਲਦ ਤੋਂ ਜਲਦ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਔਰ ਮੈਂ 1/2 ਘੰਟੇ ਦੇ ਉੱਤੇ ਹੋ ਗਿਆ ਪ੍ਰਸ਼ਾਸਨ ਨੂੰ ਫੋਨ ਕੀਤੇ, DCP ਸਾਹਿਬ ਨੂੰ ਵੀ ਔਰ ਕੋਤਵਾਲੀ ਇੰਸਪੈਕਟਰ ਸਾਹਿਬ ਨੂੰ ਵੀ, ਅਤੇ ਹਾਲੇ ਤੱਕ ਕੋਈ ਇੱਥੇ ਆਉਣ ਦੀ ਕਿਸੇ ਨੇ ਜਮਤ ਨਹੀਂ ਮਹਿਸੂਸ ਕੀਤੀ, ਕੋਸ਼ਿਸ਼ ਨਹੀਂ ਕੀਤੀ ਆਉਣ ਦੀ। ਠੀਕ ਹੈ। ਇੱਥੇ ਦੁਸ਼ਹਿਰਾ ਗਰਾਊਂਡ 'ਚ ਰਹੀਦਾ ਅਤੇ ਕੀ ਕਹਿੰਦੇ ਆ ਸਵੇਰੇ ਇਹਨਾਂ ਦੀਆਂ ਰਾਤੀ ਗਾਈਆਂ ਜਾਂਦੀਆਂ ਨੇ ਬਾਹਰ ਬਾਜ਼ਾਰ 'ਚ, ਬਾਜ਼ਾਰੋਂ ਆਈਆਂ ਨੇ ਸਵੇਰੇ 6 ਵਜੇ ਨਾ ਆਈਆਂ ਨੇ ਅਤੇ ਉਹ ਗਾਈਆਂ ਨੇ ਇਹਨਾਂ ਨੇ ਵੇਖਿਆ ਕਿ ਡਿੱਗਦੀਆਂ ਫਿਰਦੀਆਂ ਪਈਆਂ ਵਾ, ਕੀ ਪ੍ਰੋਬਲਮ ਹੈ, ਜਿਵੇਂ ਕਿਸੇ ਨੇ ਗਾਈ ਨੂੰ ਕੁਛ ਦੇ ਦਿੱਤਾ ਹੁੰਦਾ ਵਾ, ਉਹਦੇ ਚੱਕਰ ਦੇ ਵਿੱਚ ਸਵੇਰ ਦਾ ਹੀ ਲੱਗੇ ਪਏ ਨੇ, ਕਦੀ ਡਾਕਟਰ ਨੂੰ ਬੁਲਾ ਕਦੇ ਕਿਸੇ ਨੂੰ ਕਰ, ਉਹਦੇ ਕਰਕੇ ਇਹਨਾਂ ਨੇ ਦਿਖਾਇਆ ਵਾ। ਇੰਚਾਰਜ ਸਾਹਿਬ ਵੀ ਵੇਖ ਕੇ ਗਏ ਨੇ ਮੌਕਾ, ਸਾਰੇ ਗਾਈਆਂ ਗੁਈਆਂ ਦਾ, ਇੱਕ ਉਹ ਮਰੀ ਪਈ, ਇੱਕ ਸਾਂਢ ਮਰਿਆ, ਦਵਾਈ ਦੇਣ ਦੇ ਬਾਵਜੂਦ ਟੀਕੇ ਲਵਾਉਣ ਦੇ ਬਾਵਜੂਦ ਵੀ ਨਹੀਂ ਵਿਚਾਰੇ ਬੱਚੇ, ਪਤਾ ਨਹੀਂ ਕਿੰਨੇ ਕਹੂਗਾ ਹੱਤਿਆ ਕੀਤੀ ਹੈ, ਜਿੰਨੇ ਕੀਤੀ ਆਪਾਂ ਹੀ ਉਹਨੂੰ ਪਰਮਾਤਮਾ ਵੇਖੇਗਾ। ਅਸੀਂ ਤਾਂ ਕਹਿੰਦੇ ਕੀ ਮੰਗ ਕੀ ਕਰਦੇ ਸਰਕਾਰ, ਮੰਗ ਆਹੀ ਕਰਦਾ, ਚਲੋ ਵਿਚਾਰੇ ਗਰੀਬ ਨੇ, ਰੋਜ਼ੀ ਰੋਟੀ ਉਹਨਾਂ ਦੀ ਵੀ ਹੈ, ਇਹਨਾਂ ਤਾਂ ਹੀ ਹੈ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਚੋਣ ਵਾਲੀਆਂ ਗਾਵਾਂ ਨਵੇਂ ਸੂਏ ਦੁੱਧ ਦੀਆਂ, ਪਹਿਲੇ ਸੂਏ ਦੀਆਂ ਗਾਵਾਂ ਨੇ ਵਿਚਾਰੇ ਦਾ, 5 ਸੂਈਆਂ ਜਿਹੜੀਆਂ ਉੱਦਾਂ ਦੀ ਉੱਦਾਂ ਹੀ ਦੁੱਧ ਚਲੇ ਗਈਆਂ। ਬੁੱਚੜਾਂ ਨੂੰ ਤਾਂ ਕਿਸੇ ਨੇ ਕੁਛ ਨਹੀਂ ਦਿੱਤਾ, ਜਿਹੜੀਆਂ ਵਾਰਾਂ ਫਿਰਦੀਆਂ ਪਈਆਂ ਨੇ, ਜਿਹੜੀਆਂ ਦੁੱਧ ਦੇਣ ਵਾਲੀਆਂ ਤਾਂ ਉਹਨਾਂ ਦਾ ਵੇਖੋ ਹਾਲ ਕੀ ਕੀਤਾ ਵਾ। ਇਹ ਗੱਲ ਜੇ ਅਸੀਂ ਕਹਿੰਦਾ ਉਹਨੂੰ ਇਨਸਾਫ ਮਿਲੇ ਵਿਚਾਰੇ ਨੂੰ ਬਸ। ਅਤੇ ਇਹਨਾਂ ਨੇ ਮਤਲਬ ਗਾਈਆਂ ਰੱਖੀਆਂ ਹੋਈਆਂ ਮੈਂ ਕਾਫੀ ਦੇਰ ਤੋਂ, ਅਤੇ ਗਾਈਆਂ ਮਤਲਬ ਕਿ ਬਾਜ਼ਾਰ ਰਾਤ ਮਤਲਬ ਖੁੱਲ੍ਹੀਆਂ ਰਹਿੰਦੀਆਂ ਇੱਥੇ, ਅਤੇ ਕਿਸੇ ਨੇ ਰਾਤ ਨੂੰ ਕੁਛ ਪਾ ਦਿੱਤਾ ਵਾ ਇਹਨਾਂ ਨੂੰ, ਅਤੇ ਇਹ ਬੜੀ ਮਾੜੀ ਗੱਲ ਹੈ, ਅਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਗਰੀਬ ਬੰਦੇ ਨੇ ਕੰਪਲੇਂਟ ਕੀਤੀ ਸੀ, ਉਸ ਕੰਪਲੇਂਟ ਤਾਂ ਨਹੀਂ। ਕਿੰਨੇ ਵਜੇ ਤੁਹਾਨੂੰ ਉਹ ਪਤਾ ਲੱਗਾ ਜਿਸ ਟਾਈਮ ਕੀਤੀ ਕੰਪਲੇਂਟ? ਉਸ ਕੰਪਲੇਂਟ ਪਤਾ ਨਹੀਂ ਕੀਤੀ ਨਹੀਂ, ਅਤੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ? ਇਹ ਤੁਹਾਨੂੰ ਸਵੇਰੇ ਪਤਾ ਲੱਗਿਆ। ਕਿੰਨੀਆਂ ਗਾਈਆਂ ਟੋਟਲ ਤੁਹਾਡੀਆਂ ਮਰ ਚੁੱਕੀਆਂ? 7-8 ਗਾਈਆਂ ਮਰੀਆਂ। ਜਦੋਂ ਦਵਾਈ ਪਾਈ ਤੁਸੀਂ ਕਿਸੇ ਨੇ ਦੇਖਿਆ ਸੀ ਦਵਾਈ ਦਵੀ ਦੀ? ਨਹੀਂ ਦੇਖਿਆ ਨਹੀਂ ਕਿਸੇ ਨੇ, ਇਹ ਕਿਸੇ ਨੇ ਕਿਸੇ ਸ਼ਰਾਰਤ ਕੀਤੀ ਆ। ਮਤਲਬ ਕਿ ਇੱਥੇ ਪਾਈ ਸੀ ਕਿਤੇ ਬਾਹਰ ਗਈਆਂ? ਗਈ ਬਾਹਰ ਪਾਈ, ਇੱਥੇ ਆ ਕੇ ਮਰੀਆਂ ਨੇ ਕੁਛ, ਬੰਬੇ ਲਖੂ ਕੋਲ ਮਰ ਗਈਆਂ ਨੇ ਕੁਛ, ਇੱਥੇ ਆ ਕੇ ਮਰ ਗਈਆਂ। ਅੱਛਾ, ਹੁਣ ਕੀ ਮੰਗ ਕਰਦੇ? ਅਤੇ ਇਨਸਾਫ ਮਿਲਣਾ ਚਾਹੀਦਾ, ਗਰੀਬ ਬੰਦੇ ਇਨਸਾਫ ਮਿਲਣਾ ਚਾਹੀਦਾ। ਅੰਮ੍ਰਿਤਸਰ 'ਚ ਲੋਹਗੜ੍ਹ ਇਲਾਕੇ ਦੇ ਵਿੱਚ ਹੋ ਗਿਆ
ਲੋਗੜ ਦੇ ਵਿੱਚ ਇੱਥੇ ਆਰ ਐਸ ਮਾਸ ਸਕੂਲ ਦੇ ਲਾਗੇ ਇੱਥੇ ਇੱਕ ਕੂੜੇ ਦੇ ਡੰਪ ਦੇ ਲਾਗੇ ਜਿਹੜਾ ਪੰਜ ਗਾਵਾਂ ਦੀ ਡੈਥ ਹੋਈ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ, ਵੈਰੀਫਾਈ ਕਰ ਰਹੇ ਹਾਂ ਉਹਦੇ ਕਾਰਨਾਂ ਦਾ। ਇਸ ਤੋਂ ਲਾਗੇ ਇੱਕ ਹੋਰ ਜਿਹੜਾ ਹੈਗਾ ਜਾਨਵਰ ਉਹਦੀ ਡੈਥ ਹੈ, ਉਹ ਸਾਰਾ ਚੈੱਕ ਕਰਕੇ ਵੈਰੀਫਾਈ ਕਰਕੇ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਅਤੇ ਜੋ ਜਿਹੜੀ ਚੀਜ਼ ਬਣਦੀ ਕਰ ਰਹੀ ਉਹ ਮੰਨੀ ਜਾਂਦੀ ਹੈ। ਜੰਡਿਆਲਾ ਗੁਰੂ ਤੋਂ ਪ੍ਰਦੀਪ ਜੈਨ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।